ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸੰਗਤਾਂ ਨੂੰ ਇੱਕ ਖਾਸ ਅਪੀਲ ਕਰਨੀ ਹੈ। ਅੱਜ 23 ਅਪ੍ਰੈਲ ਜਿਹੜਾ 2023 ਹੈ, ਲਗਭਗ ਇੱਕ ਮਹੀਨਾ ਪਹਿਲਾਂ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ 'ਤੇ ਹਮਲਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ, ਉਸ ਮੌਕੇ ਸਾਨੂੰ ਇਹ ਲੱਗਦਾ ਨਹੀਂ ਸੀ ਕਿ ਗ੍ਰਿਫਤਾਰੀ ਹੈ ਜਿਹੜੇ ਤਰੀਕੇ ਦੀ ਰਵੱਈਆ ਉਹਨਾਂ ਨੇ ਅਪਣਾਇਆ ਸੀ। ਕਿਉਂਕਿ ਜੇ ਮੈਂ ਗ੍ਰਿਫਤਾਰੀ ਕਰਨੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਾਡੇ ਘਰ ਤੋਂ ਸਾਨੂੰ ਆਣ ਕੇ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਗ੍ਰਿਫਤਾਰੀ ਕਰਨੀ ਚਾਹੁੰਦੇ ਹਾਂ ਅਤੇ ਅਸੀਂ ਖੁਸ਼ੀ ਖੁਸ਼ੀ ਜਿਹੜੀ ਆਪਣੀ ਗ੍ਰਿਫਤਾਰੀ ਕਰ ਦਿੰਦੇ। ਪਰ ਜਿਹੜਾ ਤਰੀਕਾ ਉਹਨੇ ਅਪਣਾਇਆ, ਉਸ ਤੋਂ ਬਾਅਦ 'ਚ ਇੱਕ ਮਹੀਨਾ ਲੱਗਾ ਅਤੇ ਸਟੇਟ ਦਾ ਪੂਰਾ ਚਿਹਰਾ ਜਿਹੜਾ ਦੁਨੀਆ ਸਾਹਮਣੇ ਨੰਗਾ ਹੋ ਗਿਆ। ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਦੀ ਜਿਹੜੇ ਦਿਲ ਨੇ ਉਹ ਪਸੀਜੇ ਗਏ ਅਤੇ ਉਹਨਾਂ ਨੇ ਜਿਹੜੀ ਸਿੱਖ ਕੌਮ 'ਤੇ ਹਮਲੇ ਦੀ ਅਪੀਲ ਨੂੰ ਮਹਿਸੂਸ ਕੀਤਾ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਰੋਸ ਮੁਜ਼ਾਹਰੇ ਕੀਤੇ ਔਰ ਉਹਨਾਂ ਰੋਸ ਮੁਜ਼ਾਹਰਿਆਂ 'ਚ ਸਿੱਖਾਂ ਨੇ ਜਿਹੜੀ ਦਿਲ ਦੀ ਭਾਵਨਾ ਪ੍ਰਗਟ ਕੀਤੀ। ਸੋ ਇੱਕ ਮਹੀਨੇ ਦੇ ਵਿੱਚ ਅਨੇਕਾਂ ਹੀ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ, ਅੰਨੇਵਾਹ ਫੜੋਫੜੀ ਕੀਤੀ ਗਈ ਹੈ। ਜਿਹੜੇ ਸਿੱਖ ਨੌਜਵਾਨ ਜਿਹੜੇ ਸੀ, ਜਿਹੜੇ ਸਿੱਖੀ ਦਾ ਦਰਦ ਰੱਖਦੇ ਆ, ਜਿਹੜੇ ਸੋਸ਼ਲ ਮੀਡੀਆ 'ਤੇ ਕੁਝ ਲਿਖਦੇ ਬੋਲਦੇ ਸੀ, ਉਹਨਾਂ ਨੂੰ ਵੀ ਹਕੂਮਤ ਨੇ ਇਸ ਤਰੀਕੇ ਨਾਲ ਜਿਹੜਾ ਉਹਨਾਂ ਦਾ ਵਤੀਰਾ ਕੀਤਾ, ਚੁੱਕ ਚੁੱਕ ਕੇ ਜੇਲ੍ਹਾਂ 'ਚ ਸੁੱਟਿਆ ਗਿਆ। ਸੋ ਇਹ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਭੁਲੇਖਾ ਜਿਹੜਾ ਕੌਮ ਦਾ ਦੂਰ ਹੋ ਜਾਂਦਾ। ਉਹ ਭੁਲੇਖਾ ਇਹ ਆ ਵੀ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਸੀਂ ਸੰਪੂਰਨ ਆਜ਼ਾਦ ਹਾਂ। ਕਈਆਂ ਦੇ ਮਨ 'ਚ ਭੁਲੇਖਾ ਸੀ ਜਿਹੜਾ ਇਸ ਵਰਤਾਰੇ ਤੋਂ ਬਾਅਦ ਦੂਰ ਹੋਇਆ। ਸੋ ਗ੍ਰਿਫਤਾਰੀ ਦਾ ਮੈਂ ਪਹਿਲਾਂ ਵੀ ਵਜਨ ਕੀਤੇ ਸੀ ਵੀ ਨਾਲ ਗ੍ਰਿਫਤਾਰੀ ਦਾ ਪਹਿਲਾਂ ਡਰ ਸੀ, ਨਾਲ 'ਚ ਗ੍ਰਿਫਤਾਰੀ ਦਾ ਡਰ ਹੈ। ਪਰ ਜਦੋਂ ਕਿਸੇ ਸਟੇਟ ਦਾ ਚਿਹਰਾ ਨੰਗਾ ਹੋਣਾ ਤਾਂ ਮਹਾਰਾਜ ਕੋਈ ਭੇਦ ਬਣਾਉਂਦੇ ਆ। ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਵੀ ਜਿੱਥੇ ਅਨੇਕਾਂ ਨੌਜਵਾਨ ਜੇਲ੍ਹਾਂ 'ਚ ਸੁੱਟੇ ਗਏ ਨੇ, ਬੇਸ਼ੱਕ ਸਾਡੇ ਕੋਲ ਸਾਰੇ ਰਾਹ ਆ ਵੀ ਅਸੀਂ ਇੱਥੋਂ ਨਿਕਲ ਕੇ ਹੋਰਨਾਂ ਮੁਲਕਾਂ 'ਚ ਵੀ ਜਾ ਸਕੀਏ, ਪਰ ਮੈਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਵੀ ਜਦੋਂ ਭੀੜ ਪਵੇ ਅਤੇ ਉਦੋਂ ਆਪਣੇ ਸਾਥੀਆਂ ਨੂੰ ਛੱਡ ਕੇ ਅਤੇ ਕਿਸੇ ਹੋਰ ਨੂੰ ਰੁੱਖ ਤੁਰਿਆ ਕਰਾਂ। ਸੋ ਇਸ ਕਰਕੇ ਮੈਂ ਫੈਸਲਾ ਕੀਤਾ ਵੀ ਅੱਜ ਅਸੀਂ ਗ੍ਰਿਫਤਾਰੀ ਦੇਣੀ ਹੈ 23 ਅਪ੍ਰੈਲ 2023 ਨੂੰ। ਉਸ ਜਗ੍ਹਾ 'ਤੇ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਜਿਸ ਜਗ੍ਹਾ 'ਤੇ ਸਾਰਾ ਕੁਝ ਸ਼ੁਰੂ ਹੋਇਆ।